ਇੰਟਰਨੈਸ਼ਨਲ ਖਿਡਾਰੀ ਜਗਦੀਸ਼ ਭੋਲਾ ਦੇ ਪਿਤਾ ਦਾ ਦੇਹਾਂਤ ਹੋ ਗਿਆ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ। ਜੇਲ੍ਹ ਦੇ ਵਿੱਚ ਬੰਦ ਜਗਦੀਸ਼ ਭੋਲਾ ਨੂੰ ਸਖ਼ਤ ਸੁਰੱਖਿਆ ਦੇ ਹੇਠ ਅੰਤਿਮ ਰਸਮਾਂ ਦੇ ਲਈ ਪਿੰਡ ਲਿਆਂਦਾ ਜਾਵੇਗਾ। ਡਰੱਗ ਕੇਸ ਦੇ ਵਿੱਚ ਪਹਿਲਵਾਨ ਜਗਦੀਸ਼ ਭੋਲਾ ਜੇਲ੍ਹ ਦੇ ਵਿੱਚ ਬੰਦ ਨੇ। ਪੁਲਿਸ ਦੀ ਮੌਜੂਦਗੀ ਦੇ ਵਿੱਚ ਉਹ ਅੱਜ ਅੰਤਿਮ ਰਸਮਾਂ ਕਰਨਗੇ। ਕੁਛ ਸਮਾਂ ਪਹਿਲਾਂ ਉਹਨਾਂ ਦੀ ਮਾਂ ਦੀ ਮੌਤ ਹੋਈ ਸੀ, ਉਦੋਂ ਵੀ ਉਹਨਾਂ ਨੇ ਅੰਤਿਮ ਰਸਮਾਂ ਨਿਭਾਈਆਂ ਸੀ। ਪਿੰਡ ਰਾਏ ਕਲਾਂ ਜੋ ਕਿ ਬਠਿੰਡਾ ਦੇ ਵਿੱਚ ਹੈ, ਉੱਥੇ ਜਗਦੀਸ਼ ਭੋਲਾ ਨੂੰ ਲਿਆਂਦਾ ਜਾਵੇਗਾ। ਪੰਜਾਬ ਦੇ ਡਰੱਗ ਰੈਕਟ ਦੇ ਸਰਗਨਾ ਅਤੇ ਸਾਬਕਾ DSP ਜਗਦੀਸ਼ ਭੋਲਾ ਦੇ ਪਿਤਾ ਬਖਸ਼ਿੰਦਰ ਸਿੰਘ ਦਾ ਦੇਹਾਂਤ ਹੋ ਗਿਆ, ਜਿਨ੍ਹਾਂ ਦੀਆਂ ਅੰਤਿਮ ਰਸਮਾਂ ਜਗਦੀਸ਼ ਭੋਲਾ ਨਿਭਾਉਣਗੇ। ਅੱਜ ਉਹਨਾਂ ਨੂੰ ਪੁਲਿਸ ਦੇ ਸਖ਼ਤ ਪਹਿਰੇ ਦੇ ਹੇਠ ਉਹਨਾਂ ਦੇ ਪਿੰਡ ਲਿਆਂਦਾ ਜਾਵੇਗਾ। ਭੋਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ 'ਚ ਕੁਸ਼ਤੀ ਨਾਲ ਕੀਤੀ ਸੀ। ਹੌਲੀ ਹੌਲੀ ਉਸਨੇ ਕੁਸ਼ਤੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ। ਉਹ ਰਾਸ਼ਟਰੀ ਪੱਧਰ ਦਾ ਪਹਿਲਵਾਨ ਬਣ ਗਿਆ। ਉਸਨੇ ਭਾਰਤ ਕੇਸਰੀ, ਭਾਰਤ ਮਲ ਸਮਰਾਟ, ਰੁਸਤਮ ਹਿੰਦ, ਹਿੰਦ ਕੇਸਰੀ ਅਤੇ ਵਿਸ਼ਵ ਖਾਲਸਾ ਕੇਸਰੀ ਵਰਗੇ ਕਈ ਖਿਤਾਬ ਹਾਸਲ ਕੀਤੇ। ਕੇਂਦਰ ਸਰਕਾਰ ਨੇ ਉਹਨਾਂ ਨੂੰ 1998 ਦੇ ਵਿੱਚ ਅਰਜੁਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ। ਇਸ ਮਗਰੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ DSP ਦੇ ਅਹੁਦੇ ਤੇ ਨਿਯੁਕਤ ਕਰ ਦਿੱਤਾ। ਉਹਨਾਂ ਨੂੰ 1998 ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੇ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਸਰਗਰਮ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਕਈ ਸਾਥੀਆਂ ਅਤੇ ਉਦਯੋਗਪਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵੇਲੇ ਇਹ ਖੁਲਾਸਾ ਹੋਇਆ ਕਿ ਉਹ 700 ਕਰੋੜ ਰੁਪਏ ਦੇ ਇੰਟਰਨੈਸ਼ਨਲ ਗੈਂਗ ਦਾ ਸਰਗਨਾ ਹੈ। ਤਾਂ ਜਗਦੀਸ਼ ਭੋਲਾ ਇੱਕ ਵੱਡਾ ਨਾਮ, ਕਿਸੇ ਵੇਲੇ ਕੁਸ਼ਤੀ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ। ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਡਰੱਗ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦੇ ਪਿਤਾ ਬਖਸ਼ਿੰਦਰ ਸਿੰਘ ਦਾ ਦੇਹਾਂਤ ਹੋ ਚੁੱਕਿਆ। ਅੱਜ ਅੰਤਿਮ ਰਸਮਾਂ ਨਿਭਾਉਣ ਦੇ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਜਾਵੇਗਾ। ਜੱਦੀ ਪਿੰਡ ਰਾਏ ਕਲਾਂ ਦੇ ਵਿੱਚ ਜਗਦੀਸ਼ ਭੋਲਾ ਦੇ ਪਿਤਾ ਦਾ ਸੰਸਕਾਰ ਹੋਵੇਗਾ। ਸਰ ਜੀ, ਅੱਜ ਪਹਿਲਵਾਨ ਜਗਦੀਸ਼ ਭੋਲਾ ਜੀ ਆ ਰਹੇ ਆ, ਇਹਨਾਂ ਦੇ ਡੈਡੀ ਡੈਥ ਹੋ ਗਈ ਅਤੇ ਪਰਸੋਂ ਹੀ ਡੈਥ ਹੋਈ ਹੈ ਜੀ। ਵੈਸੇ ਅੱਜ ਸੰਸਕਾਰ ਆਈ ਅਤੇ ਸੰਸਕਾਰ 'ਤੇ ਮੰਨ ਲਓ ਮਾਨਯੋਗ ਅਦਾਲਤ ਦਾ 2 ਘੰਟੇ ਵਾਲੀ ਮੰਨ ਲਓ ਦਿੱਤਾ ਹੋਇਆ ਜੀ ਛੁੱਟੀ ਉਹਨਾਂ ਨੂੰ, ਅਤੇ ਮੰਨ ਲਓ ਸੰਸਕਾਰ 'ਤੇ ਭੇਜ ਦਿਓ ਜੀ। ਅਸੀਂ ਅਪੀਲ ਕੀਤੀ ਸੀ ਜੀ ਕੋਈ 2-4 ਦਿਨ ਦੀ ਛੁੱਟੀ ਮਿਲ ਜਾਂਦੀ, ਜਿੰਨੀਆਂ ਰਸਮਾਂ ਸੀਗੀਆਂ ਅਤੇ ਆਪਦੇ ਡੈਡੀ ਦੀਆਂ ਮੰਨ ਲਓ ਪੂਰੀਆਂ ਕਰਕੇ ਜਾਂਦਾ। ਵੈਸੇ ਸਾਨੂੰ 2 ਘੰਟੇ ਦੀ ਮੰਨ ਲਓ ਛੁੱਟੀ ਮਨਜ਼ੂਰੀ ਮਿਲੀ ਹੈ ਜੀ ਪਹਿਲਵਾਨ ਜਗਦੀਸ਼ ਭੋਲੇ ਨੂੰ। ਹਾਂਜੀ, ਅੱਜ 26 ਤਰੀਕ ਸੀਗੀ ਜੀ। 26 ਤਰੀਕ ਨੂੰ ਉਹਨੇ ਜਿੰਨੇ ਵੀ ਸੀਗੇ ਮੰਨ ਲਓ ਜਿਹਨਾਂ ਦੇ ਕੇਸ ਚੱਲਦੇ ਆ ਸਾਰਿਆਂ ਨੂੰ ਬੁਲਾਇਆ ਗਿਆ ਸੀਗਾ ਮਾਨਯੋਗ ਅਦਾਲਤ ਨੇ ਚੰਡੀਗੜ੍ਹ। ਅਤੇ ਲੇਕਿਨ ਅੱਜ ਪਹਿਲਵਾਨ ਜਗਦੀਸ਼ ਭੋਲੇ ਦੇ ਡੈਡੀ ਦੀ ਡੈਥ ਹੋਣ ਦੇ ਕਰਕੇ ਅਤੇ ਮੰਨ ਲਓ ਨਹੀਂ ਜਾਇਆ ਗਿਆ। ਉਹਨਾਂ ਦੀ ਮੰਨ ਲਓ ਮੈਡਮ ਵੀ ਇੱਥੇ ਹੈ ਜੀ ਉਹਨਾਂ ਦੀ, ਅਤੇ ਪਹਿਲਵਾਨ ਜਗਦੀਸ਼ ਭੋਲਾ ਵੀ ਨਹੀਂ ਉੱਥੇ ਜਾ ਰਿਹਾ, ਮੰਨ ਲਓ ਸੰਸਕਾਰ 'ਤੇ ਆ ਰਹੀ ਹੈ। ਸੰਸਕਾਰ ਜੀ 11 ਤੋਂ 1 ਦਿੱਤੀ ਹੈ ਜੀ ਛੁੱਟੀ ਮਾਨਯੋਗ ਅਦਾਲਤ ਨੇ, ਮਤਲਬ 2 ਘੰਟਿਆਂ ਦਾ ਟਾਈਮ ਦਿੱਤਾ ਹੋਇਆ ਜੀ, ਅਤੇ ਮਤਲਬ 11:30 ਵਜੇ ਸੰਸਕਾਰ ਹੋ ਜਾਏਗਾ। ਪਿੰਡ ਰਹਿ ਕੇ ਕਰਾਂ ਜੀ ਹੋ ਜਾਏਗਾ।